बज गई ने, पहला ना चाय बना लेनी है ते फिर साफ सफाई कर लूंगी। रमन ना आई है? हाँ ना आई है, नहाना नहाना की बाहर तो ठंडी बड़ी है, बड़ी धुंद पई है, लगता नहीं पिया धुप लगूगी। नहीं ठंड तो हैगी है, ते वो चाह लियोनी सी बना के। जे मेरे हाथ वस हुंदा ना तो हुण मैं चाह बना के लैके तो फिर ही आउणा सी। ਤੁਸੀਂ ਕੱਲ ਦਾ ਸਾਰਾ ਤਾਂ ਕਰਮਚਾਰੀ ਦਾ ਕੰਮ ਉਹਨਾਂ ਨੂੰ ਦੇਤਾ ਵਾ, ਤੇ ਚਾਹ ਬਣਾਏਗੀ ਤੂੰ ਬਣਾਏਗੀ, ਚੌਂਕੇ ਦਾ ਸਾਰਾ ਕੰਮ ਤੂੰ ਕਰੇਗੀ। ਹੁਣ ਮੈਂ ਚੁੱਪ ਕਰਕੇ ਬਹਿ ਗਈ ਆ, ਹੁਣ ਡੀਕੋ ਚਾਹ, 8 ਵੱਜਣਗੇ ਤੇ ਫੇਰ ਚਾਹ ਮਿਲੂਗੀ ਤੁਹਾਨੂੰ। ਹਲੋ ਮੰਮੀ ਜੀ, ਚਾਹ ਤਾਂ ਬਣਾਉਣੀ ਸੀ ਤੇ ਮੈਂ ਨਾਲ ਪਕੌੜੇ ਵੀ ਦੋ ਕੱਢ ਲੈਂਦੀ। ਹੁਣ ਤੁਸੀਂ ਨਾ ਦੋਵੇਂ ਜਣੇ ਚਾਹ ਪੀ ਲਓ, ਫਿਰ ਠਹਿਰ ਕੇ ਜ਼ਰਾ, ਫਿਰ ਮੈਂ ਰੋਟੀ ਬਣਾ ਲੈਂਦੀ ਹਾਂ। ਮੇਰੀ ਸੁਣੋ ਗੱਲ, ਇੱਦਾਂ ਘਰ ਦਾ ਕਿੱਦਾਂ ਟਾਈਮ ਪਾਸ ਹੋਊਗਾ? ਕੋਈ ਪ੍ਰਾਹੁਣਾ ਆਇਆ ਮੰਨਿਆ ਤੇ ਪਕੌੜੇ ਚਾਰ ਕੱਢ ਲਏ, ਅਜੇ 8 ਨਹੀਂ ਵਜੇ ਤੇ ਵੇਸਣ ਕੋਲ ਕੇ ਬਹਿ ਵੀ ਗਈ ਆ। ਮੇਰੀ ਗੱਲ ਸੁਣ, ਤੂੰ ਤੇ ਕੱਲੀ ਚਾਹ ਪਿਆਲਦੀ ਨਹੀਂ, ਵੇ ਮੇਰੀ ਧੀ ਨੇ ਪਕੌੜੇ ਕੱਢ ਕੇ ਲਿਆਦੇ ਕਿ ਨਹੀਂ? ਜੇ ਇਦਾਂ ਹੀ ਪਕੌੜੇ ਚੱਲਦੇ ਰਹੇ ਨਾ ਤਾਂ ਘਰ ਦਾ ਮੂੰਹ ਦੂਜੇ ਬੰਨੇ ਛੇਤੀ ਲੱਗ ਜਾਊਗਾ। ਰਮਨ ਮੇਰੀ ਗੱਲ ਸੁਣ ਲਾ, ਚੁੱਪ ਕਰਕੇ ਪਕੌੜੇ ਫੜ ਲਾ, ਤੈਨੂੰ ਮੈਂ ਅੱਗੇ ਵੀ ਕਿਹਾ ਵੀ ਨੋਕੀ ਟੋਕੀ ਨਾ ਕਰਿਆ ਕਰ। ਚੱਲ ਕੋਈ ਗੱਲ ਨਹੀਂ, ਖਾ ਲੈਂਦੀ ਆ, ਫੜ ਫਿਰ। ਰਮਨ ਤੇਰੀ ਤੇ ਆਦਤ ਬਣ ਗਈ, ਨਾਲੇ ਖਾਈ ਵੀ ਜਾਣਾ ਤੇ ਗੱਲਾਂ ਵੀ ਕਰੀ ਜਾਣੀਆਂ। ਉਹ ਚੰਗਾ ਬਾਬਾ, ਮੈਨੂੰ ਤਾਂ ਤੁਸੀਂ ਸ਼ੁਰੂ ਤੋਂ ਚੰਗੀ ਨਹੀਂ ਕਿਹਾ, ਹੁਣ ਨੌਂ ਆ ਗਈ ਆ ਤੇ ਉਹਦੀਆਂ ਸਿਫਤਾਂ ਹੋਣ ਡੈ ਪਈਆਂ ਵਾ, ਤੇ ਮੈਂ ਹੁਣ ਚੰਗੀ ਲੱਗਦੀ ਨਹੀਂ ਤੁਹਾਨੂੰ ਦੋਵਾਂ ਪਿਓ ਪੁੱਤਾਂ ਨੂੰ। ਮੇਰੀ ਗੱਲ ਸੁਣੋ, ਜੇ ਉਹ ਕੰਮ ਕਰਦੀ ਹੈ ਤੇ ਅਸੀਂ ਉਹਦੀ ਸਿਫਤਾਂ ਕਰਦੇ ਹਾਂ। ਚੱਲ ਠੀਕ ਆ, ਕਰੀ ਜਾਓ। ਬੋਲਦੇ ਨਹੀਂ, ਉੱਠੋ ਉੱਠੋ, ਕਿੰਨਾ ਟਾਈਮ ਹੋ ਗਿਆ ਆ। ਹਾਂ ਯਾਰ, ਇਹਦੇ 6:30 ਹੋਏ ਯਾਰ, ਤੂੰ ਮੈਨੂੰ ਉਠਾ ਵੀ ਦਿੱਤਾ। 6:30 ਹੋ ਗਏ ਤੇ ਮੈਂ ਸਾਰਾ ਕੰਮ ਵੀ ਕਰ ਲਿਆ ਕਰਦਾ। ਤੂੰ ਕਿਹੜੇ ਵੇਲੇ ਉੱਠ ਕੇ ਚਲ ਗਈ? ਮੈਂ ਬੜੀ ਜਲਦੀ ਉੱਠੀ, 4 ਵਜੇ ਦੀ ਉੱਠੀ ਆ। ਅੱਛਾ, ਚੱਲ ਲਿਆ ਫਿਰ ਚਾਹ। ਸਰ ਮੈਂ ਲਿਆਉਣੀ ਆ ਫਿਰ ਚਾਹ, ਦੇ ਮੂੰਹ ਮੱਥਾ ਧੋ ਲੋਟ ਗਏ। ਕੋਈ ਨਹੀਂ, ਧੋ ਲਾਂਗੇ ਬਾਅਦ ਚ, ਜਾ ਲਿਆ ਚਾਹ। ਆ ਲੋ ਚਾਹ। ਲਿਆ, ਕਰ ਲਿਆ ਸਫਾਈ ਸਫੂਈ ਦਾ ਕੰਮ? ਹਾਂਜੀ, ਸਾਫ ਸਫਾਈ ਦਾ ਕਰ ਲਿਆ ਆ ਸਾਰਾ। ਉਦੋਂ ਪਕੌੜੇ ਵੀ ਕੱਢੇ ਸੀ ਨਾਲ, ਤਾਂ ਤੁਸੀਂ ਫਿਰ ਖਾਂਦੇ ਨਹੀਂ ਸਵੇਰੇ ਸਵੇਰੇ? ਨਹੀਂ ਨਹੀਂ, ਰਹਿਣ ਦੇ, ਸਦੀ ਚਾਹ ਹੀ ਪੜੀ ਆ। ਰੋਟੀ ਪਾਣੀ ਦਾ ਵੀ ਹੁਣ ਵੀ ਤੇ ਸਾਰਾ ਕੰਮ ਹੋਣੀ ਡਿਆ ਹੋਣਾ, ਮਾਤਾ ਸਾਡੀ ਵੀ ਨਾ ਨਿੱਕੀ ਨਿੱਕੀ ਗੱਲ ਤੋਂ ਖਿੱਚਦੀ ਰਹਿੰਦੀ। ਚਲੋ ਏਦਾਂ ਟਾਈਮ ਲੰਘਦਾ ਜਾਏ ਤੇ ਵਧੀਆ। ਸਾਇਰਸ, ਵੇ ਸਾਇਰਸ, ਤੇ ਪੁੱਤ ਮੇਰੀ ਗੱਲ ਤੇ ਸੁਣ ਲਾ। ਹਾਂਜੀ ਸਾਇਰਸ, ਪੁੱਤ ਮੇਰਾ ਨਾ ਬੜਾ ਹੀ ਮਾੜਾ ਹਾਲ ਵਾ ਅੱਜ। ਕੀ ਹੋਇਆ ਪੁੱਤ? ਨਾ ਮੈਨੂੰ ਲੱਗਣ ਡਿਆ ਬੁਖਾਰ ਹੋ ਗਿਆ ਤੇ ਠੰਡ ਲੱਗ ਗਈ ਆ।
अच्छा ते जा मेरा पुत मैनूं दवाई लिया दे अड्डे ते जाके ओ चांद तो परां बाहर पता कि नहीं ठंड वा हाय ते पुत मैं की करां मैं ते रोटी नहीं पकनी अज ओ कोई नहीं चल दे ना मत कट्टा होइंदा किसे वेले रोटियां ही ला लांगे आपे ती पैर रो लम्मे थी कोई गल नहीं हाय किद्दां कहण डिया मैं तू पैर रो रोटी पानी कर तू जल्दी फट के पै गई बुलट भी आ जाऊगा कोई गल नहीं उठते सही तुम बुलट सजन डिया वा मेरा माड़ा हाल है मैं रात पता किदा कढ़ी है तुम तो कोई जना आवाज नहीं दे रात मेनू की होया वा मेनू ठंड लग गई है मेरा बुखार ना माड़ा हाल वा ਮੇਰ ਕੋਲ ਸਾਰੀ ਰਾਤ ਨਹੀਂ ਸੁੱਤਾ ਗਿਆ ਤੇ ਸੈਰ ਨੂੰ ਕਹਣਾ ਦਵਾਈ ਲੈ ਦੇ ਕਿਹਾ ਸੀ ਉਹਨੂੰ ਮੈਂ ਹਾਂ ਉਹ ਵੀ ਨਿਆਣਾ ਵਾ ਤੁਹਾਨੂੰ ਪਤਾ ਠੰਡ ਬੜੀ ਬਾਹਰ ਤੇ ਆਂਦਾ ਠੰਡ ਬੜੀ ਆ ਤੇ ਠੰਡ ਦੇ ਤੋਂ ਰਹਿਣੇ ਤਾਂ ਬਲੇਤਰੇ ਪੈ ਰਹੇ ਨੇ ਮੰਜੀ ਤੇ ਚੱਲ ਕੋਈ ਨਹੀਂ ਵੇਨੀ ਆਪੇ ਜਾਨੀ ਆ ਮੈਂ ਹਾਂ ਤਾਂ ਹੋਈ ਗਈ ਆ ਚੱਲ ਕੋਈ ਨਹੀਂ ਉੱਠਣੀ ਆ ਘੜੀ ਫੈਰ ਕੇ ठंड बड़ी मैं नहीं जाना दस ठंड काम नहीं करने काम छड़ देने सारे यार दोस्त का फोन आज दौड़ा जाना नहीं फोन तो गेते तैयार हो जाना वा चलो कोई नहीं मैं जाके पूछ लूंगा तुम्हें पता होना मेनू केड़ा को कहना वा तो उदा मैं जाके पूछ लूंगा जा वैसे ही मेरा पता ठीक है सेना तू मम्मी ओ डैडी कह रहे तू ठीक नहीं जे तो मैं दवाई ला जाके तुहाडे तो मेनू नहीं लोड़ तेरी दवाई दी लगी है ना समझ जा जाके बैठ उठे जे नहीं मेरे ना जाना तो मैं सैस नु कह देना वा तो तू ना चल जो जाके तेनु नहीं पता ठंड बड़ी है बाहर ओनु बीमार करना वा तो फिर की हो गया ठंड वा ते काम तो नहीं छड़ देने गड्डी ले जाओ तुम जाने जाओ ਮੰਮੀ ਆ ਚਾਹ ਲਿਆ ਜਿੱਦਾਂ ਡਿਆਸੇ ਬਣਾ ਕੇ ਤੇ ਪੀ ਲਓ ਮੈਂ ਨਹੀਂ ਪੀਣੀ ਚਾਹ ਉਹ ਪੀ ਲਓ ਚਲ ਇਦਾਂ ਕਰੋ ਮੈਂ ਇੱਥੇ ਰੱਖ ਦਿੰਦਾ ਵਾਂ ਫਿਰ ਦਿਲ ਕਰੂਗਾ ਤੇ ਠਹਿਰ ਕੇ ਪੀ ਲਿਓ ਤੇ ਮੈਂ ਦਵਾਈ ਲੈ ਕੇ ਦਵਾਦਾ ਤੁਹਾਡੇ ਤੋਂ ਠੀਕ ਆ ਚਲ ਠੀਕ ਉੱਠਾ ਪੜਾ ਹਾਏ ਹਾਏ ਸੱਚੀ ਵਿਚਾਰਾ ਚਾਹ ਬਣਾ ਕੇ ਲੈ ਆਵਾ ਨਾ ਇਹਦੇ ਪਿਓ ਨੇ ਪੁੱਛਿਆ ਮੈਨੂੰ ਨਾ ਸੈਰਸ ਨੇ ਪੁੱਛਿਆ ਮੈਨੂੰ ਲੱਗਦਾ ਇਹ ਮੇਰੀ ਫਿਕਰ ਕਰਦਾ ਵਾ ਹਾਏ ਚਾਹ ਤੇ ਬੜੀ ਸਵਾਦ ਬਣਾਈ ਆ
ਜੀਵਨ ਮੈਂ ਤੇ ਤੈਨੂੰ ਬਾਹਰ ਲੱਭਣ ਡਈ ਆ, ਤੂੰ ਅੰਦਰ ਜਾਈ ਬੈਠੀ ਆ। ਰਜਾਈ ਚ ਕੀ ਬਹਿਣਾ ਵਾ, ਮੇਰਾ ਤਾਂ ਬੁਰਾ ਹੀ ਬੜਾ ਹਾਲ ਵਾ ਤੇ ਮੇਰੇ ਕੋਲ ਸਵੇਰ ਦਾ ਉੱਠਿਆ ਹੀ ਨਹੀਂ ਗਿਆ। ਕੀ ਗੱਲ ਹੋਈ ਆ? ਮੈਂ ਨਾ ਕੱਲ ਧੋਲੇ ਕੱਪੜੇ। ਅੱਛਾ, ਤੇ ਮੈਨੂੰ ਠੰਡ ਲੱਗ ਗਈ ਆ, ਤੈਨੂੰ ਪਤਾ ਧੁੱਪਾਂ ਤੇ ਲੱਗਣੀ ਡਈ ਆ। ਹਾਂ, ਤੇ ਚਾਹ ਫਿਰ ਕਿੰਨੇ ਬਣਾ ਕੇ ਦਿੱਤੀ? ਮਨਜਿੰਦਰ ਨੇ ਬਣਾਈ ਹੋਣੀ ਆ। ਮਨਜਿੰਦਰ ਨੇ ਕਿੱਥੋਂ ਬਣਾਉਣੀ ਆ, ਇਹ ਤਾਂ ਮੈਨੂੰ ਜੋਬਨ ਨੇ ਚਾਹ ਬਣਾ ਕੇ ਦਿੱਤੀ ਆ। ਅੱਛਾ, ਜੀਵਨ ਸੈਰਸ ਕਿੱਥੇ ਆ? ਉਹਨੂੰ ਕਹਿਣਾ ਸੀ ਦਵਾਈ ਲਿਆ ਕੇ ਤੈਨੂੰ ਦਿੰਦਾ। ਉਹਨੇ ਕਿੱਥੇ ਬਾਹਰ ਜਾਣਾ ਵਾ, ਠੰਡ ਬੜੀ ਆ, ਉਹ ਤੇ ਬਾਹਰ ਹੀ ਨਿਕਲਿਆ ਡਰਦਾ ਠੰਡ ਤੋਂ। ਤੇ ਆਇਆ, ਠੰਡ ਤੇ ਹੈਗੀ ਆ, ਹੁਣ ਤੂੰ ਠੀਕ ਨਹੀਂ ਗੀ ਤੇ ਦਵਾਈ ਤੇ ਲਿਆਉਣੀ ਆ ਨਾ, ਉਹ ਫਰਕ ਪੈਂਦਾ। ਤੇਰੀ ਗੱਲ ਹੈ ਤਾਂ ਠੀਕ ਆ, ਪਰ ਕੀ ਕਰਾਂ ਫਿਰ ਮੈਂ? ਜੀਵਨ ਤੈਨੂੰ ਮੈਂ ਕੀ ਦੱਸਾਂ, ਅੱਜ ਕੱਲ ਤੇ ਨਾ ਕਿਸੇ ਨੂੰ ਕਹਿਣ ਦਾ ਕੋਈ ਸਮਾਂ ਹੀ ਨਹੀਂ ਗਾ। ਕੱਲ ਮੈਂ ਵਿਆਹ ਜਾਣਾ ਸੀ ਤੇ ਨੌ ਮੇਰੀ ਬੈਠੀ ਫੋਨ ਲੈ ਕੇ, ਤੇ ਮੈਂ ਹਾਂ ਵੀ ਚੱਲ ਜਾਣ ਲੱਗੀ, ਇਹਨੂੰ ਕਹਿ ਜਾਂਦੀ ਆ ਵੀ ਮੇਰੇ ਆਉਂਦੇ ਨੂੰ ਸਾਰਾ ਕੰਮ ਕਰ ਲਈ। ਅਜੇ ਮੇਰੇ ਮੂੰਹ ਚ ਇੰਨੀ ਗੱਲ ਨਿਕਲੀ ਵੀ ਕੰਮ ਕਰ ਲਈ, ਨੀ ਭੈਣਾ ਤਾਂ ਛਿੜਪੀ, ਉਹ ਤੇ ਮੇਰੇ ਸਿਰ ਦੇ ਵਾਲਾਂ ਨੂੰ ਪੈ ਗਈ। ਤੇ ਵਿਆਹ ਵੀ ਫਿਰ ਮੈਂ ਕਾਹਦਾ ਵੇਖਣਾ ਸੀ, ਉਹ ਤੇ ਫਾਹ ਮੇਰੇ ਗੱਲ ਪਿਆ ਸੀ ਤੇ ਜਾਣਾ ਮੈਨੂੰ ਪੈਣਾ ਸੀ। ਸਾਰੇ ਮੈਨੂੰ ਪੁੱਛਣ ਵੀ ਤੂੰ ਚੁੱਪ ਚੁੱਪਾ ਕੀ ਗੱਲ ਆ, ਤੇ ਮੈਂ ਉਹਨਾਂ ਨੂੰ ਕੀ ਦੱਸਦੀ ਵੀ ਘਰ ਨਾ ਮੇਰੇ ਗੱਲ ਪੈ ਗਈ ਸੀਗੀ। ਬੜੀ ਮਾੜੀ ਗੱਲ। ਤੇ ਜਦੋਂ ਮੈਂ ਘਰ ਆਈ ਤੇ ਲਵਲੀ ਦਾ ਪਿਓ ਫਿਰ ਆਂਦਾ ਵਾ ਵੀ ਤੂੰ ਕੋਈ ਕੰਮ ਨਹੀਂ ਗਾ ਕਰਨਾ, ਅੱਜ ਤੋਂ ਬਾਅਦ ਨਾ ਵੋਟੀ ਸਾਰਾ ਕੰਮ ਕਰੂਗੀ। ਮੈਂ ਫਿਰ ਚੁੱਪ ਕਰਕੇ ਬਹਿ ਗਈ, ਮੈਂ ਚੱਲ ਜੇ ਕਰਦੀ ਹੈ ਤੇ ਕਰ ਲੇ। ਤੇ ਅੱਜ ਸਵੇਰੇ ਤੈਨੂੰ ਭੈਣ ਮੈਂ ਕੀ ਦੱਸਾਂ, ਫੋਕੀ ਚਾਹ ਨਹੀਂ, ਅੱਜ ਪਕੌੜੇ ਕੱਢ ਲਿਆਈ। ਫਿਰ ਤੇ ਵਧੀਆ ਹੋ ਗਿਆ ਤੇਰੇ ਵਾਸਤੇ। ਨਹੀਂ, ਇਹ ਪਕੌੜਿਆਂ ਦਾ ਤਾਂ ਕੰਮ ਵਧੀਆ ਹੋ ਗਿਆ, ਪਰ ਜੇ ਇੱਦਾਂ ਹੀ ਰੋਜ਼ ਪਕੌੜੇ ਨਿਕਲਦੇ ਰਹੇ ਤੈਨੂੰ ਪਤਾ ਕਿੰਨੇ ਸਰਫੀਆਂ ਨਾਲ ਘਰ ਬਣਾਈਦਾ ਵਾ, ਤੇ ਫਿਰ ਘਰ ਦਾ ਮੂੰਹ ਦੂਜੇ ਬੰਨੇ ਲੱਗਾ ਹੀ ਖੜਾ। ਚੱਲ ਕੋਈ ਨੀ, ਨੌ ਤੀ ਨੂੰ ਵੜਨ ਦਿਆ ਕਰ ਸੋਈ ਵਿੱਚ, ਤੇ ਕਰਨ ਦੇ ਕੰਮ ਹੱਥੀ ਕਰੂਗੀ ਤੇ ਫਿਰ ਤੈਨੂੰ ਲਿਆ ਕੇ ਮੰਜੀ ਤੇ ਦਊਗੀ। ਨਹੀਂ ਨਹੀਂ, ਹੁਣ ਨੀ ਮੈਂ ਕੁਛ ਕਹਿੰਦੀ, ਹੁਣ ਆਪੇ ਕਰੇ ਨਾ ਕਰੇ ਮੈਂ ਫ੍ਰੀ ਹਾਂ। ਚੱਲ ਤੂੰ ਨਾ ਹੁਣ ਕੁਛ ਵੀ ਕਹੀ। ਨਹੀਂ ਨਹੀਂ, ਹੁਣ ਮੈਂ ਨੀ ਕਹਿੰਦੀ, ਕਿਉਂ ਹੁਣ ਪਿਓ ਪੁੱਤ ਤੇ ਉਹਦੇ ਵੱਲ ਵਾ। ਹਾਂ, ਤੇ ਜੇ ਹੁਣ ਮੈਂ ਕਿਹਾ ਤਾਂ ਮੈਂ ਬੁਰੀ ਬਣਨਾ। ਸਹੀ ਗੱਲ ਵਾ। ਤੇ ਮੈਨੂੰ ਕੀ ਲੋੜ ਆ ਕਹਿਣ ਦੀ? ਚੱਲ ਇਹਨਾਂ ਦਾ ਘਰ ਵਾ, ਰੱਖ ਲੈਣਗੇ ਤਾਂ ਵੀ ਠੀਕ ਆ, ਜਾੜ ਲੈਣਗੇ ਤਾਂ ਵੀ ਠੀਕ ਆ। ਮੈਂ ਤੈਨੂੰ ਇਹੋ ਸਲਾਹ ਦਿੰਦੀ ਆ ਵੀ ਤੂੰ ਨਾ ਮਾੜੀ ਚੰਗੀ ਕਰੀ ਹੁਣ, ਚੰਗਾ? ਨਹੀਂ ਨਹੀਂ, ਹੁਣ ਨੀ ਮੈਂ ਕਰਨੀ, ਮੰਜੇ ਤੇ ਆਪੇ ਰੋਟੀ ਪਾਣੀ ਤੇ ਦੋਏ ਨੀ ਠੰਡ ਦੇ ਵਿੱਚ। ਚੱਲ ਜੀਵਨ, ਮੈਂ ਫਿਰ ਚੱਲਦੀ ਆ, ਤੂੰ ਵੀ ਆਪਣਾ ਧਿਆਨ ਰੱਖੀ, ਦਵਾਈ ਦਵੀ ਲਿਆ ਤੇ ਫਿਰ ਆਰਾਮ ਆਉਣਾ ਵਾ, ਠੰਡ ਲੱਗੀ ਜਿਹੜੀ ਚੰਗੀ ਨਹੀਂ ਹੁੰਦੀ। ਚੱਲ ਠੀਕ ਆ। ਹਾਂ, ਜਲਦੀ ਗੱਲ ਆ, ਜੋਬਨ ਗਿਆ ਜਲਦਾ ਦਵਾਈ ਲੈਣ। ਹੈ ਚੱਲ ਕੋਈ ਨੀ, ਗੱਡੀ ਗੁੱਡੀ ਸਾਫ਼ ਕਰ ਦੇਣਾ। ਸਾਇਰਸ ਨੂੰ ਕਿਤੇ ਸਵੇਰੇ ਕਿਹਾ ਸੀ ਤੇ ਉਹ ਕਹਿੰਦਾ ਠੰਡ ਬੜੀ, ਮੈਂ ਠਹਿਰ ਕੇ ਜਾਣਾ ਵਾ। ਲੈ ਦੱਸ, ਠੰਡ ਵਾ ਤੇ ਦਵਾਈ ਨੀ ਲੈ ਕੇ ਦੇਣੀ ਹੈ, ਕਿੱਦਾਂ ਦੀ ਗੱਲ ਹੋਈ ਭਲਾ? ਕੋਈ ਪਰਵਾਹ ਹੀ ਨੀ ਉਹਨੂੰ ਮਾਂ ਆਪਣੀ ਦੀ, ਇੱਥੇ ਹੁਣ ਕਿਤੇ ਖਜਲ ਖੁਆਰੀ ਕਰਦਾ ਕਿ ਜਾਣਾ, ਕਿੱਥੇ ਅੱਗੇ ਘੜਾਖੇ ਲੱਗਦਾ ਹੁੰਦਾ। ਹਾਂ, ਇਹ ਤੇ ਗੱਲ ਹੈ ਹੀ ਆ। ਭਾਜੀ ਹੋਰ ਬਾਹਰ ਬਾਰੇ ਕੀ ਸੋਚਿਆ ਫਿਰ? ਤੁਹਾਨੂੰ ਗੱਲ ਕੀਤੀ ਸੀਗੀ। ਗੱਲ ਕੀਤੀ ਕਰਦੇ ਆ, ਹੁਣ ਉਹ ਵੀ ਪ੍ਰੋਗਰਾਮ ਹੈ ਹੁੰਦਾ, ਮੁੰਡੇ ਸਾਰੇ ਨੇ ਇਕੱਠੇ ਹੁੰਦੇ ਫਿਰ ਹੀ ਹੈ ਨਾ। ਠੀਕ ਆ, ਕੀਤੀ ਅੱਗੇ ਗੱਲ ਹੈ ਗਈ ਤੇ ਇੱਥੇ ਤੇ ਪਹਿਲਾਂ ਕਪਾਤੀ ਪੈ ਗਿਆ ਸੀ। ਅੱਛਾ, ਤੇ ਮੁੜ ਕੇ ਉਹ ਗੱਲ ਕਰਦੇ ਕਰਦੇ ਤੇ ਸੈਰ ਤੋਂ ਮੁੜ ਕੇ ਕਹਿੰਦਾ ਮੈਂ ਬੁਲਟ ਮੋਟਰਸਾਈਕਲ ਲੈਣਾ ਵਾ। ਅੱਛਾ, ਤੇ ਅਜੇ ਤੇ ਉਹ ਗੱਲਬਾਤ ਹੀ ਨਿਬੜਨ ਡਈ ਆ ਤੇ ਬਾਅਦ ਤੇ ਕਹਿੰਦੇ ਗੱਲ ਕਰਨੀ। ਅੱਛਾ, ਸੋਚਿਆ ਹੀ ਨਹੀਂ ਅਜੇ ਕੁਛ? ਨਾ ਜੀ ਨਾ, ਉਦੋਂ ਦੀ ਤੇ ਗੱਲ ਹੀ ਕੋਈ ਨਹੀਂ ਹੋਈ ਤੇ ਕਪਾਤ ਤੇ ਪਿਆ ਉਦੋਂ ਦਾ ਬੁਲਟ ਮੋਟਰਸਾਈਕਲ ਦਾ। ਹਾਂ ਨਹੀਂ, ਗੱਲਬਾਤ ਕਰਨੇ ਟਾਈਮ ਨਿਕਲ ਜਾਂਦਾ ਵਾ। ਉਹੀ ਤਾਂ ਗੱਲ ਵਾ ਨਾ, ਇਹ ਤਾਂ ਹੁਣ ਸਾਰੇ ਸਿਆਣੇ ਬਣ ਤੇ ਫੇਰ ਆਵਾਂ ਨਾ, ਇਹਨਾਂ ਨੇ ਨਾ ਪਹਿਲਾਂ ਬਾਹਰ ਚਲ ਜਾਈਏ ਤੇ ਮੋਟਰਸਾਈਕਲ ਤੇ ਆਣ ਕੇ ਵੀ ਲੈ ਜਾਣਗੇ। ਨਾਲੇ ਪ੍ਰਭ ਗੱਲ ਇੱਕ ਹੋਰ ਵਾ, ਮੈਂ ਇਹਨਾਂ ਦੀ ਨਹੀਂ ਕੀ ਸੁਣਨੀ, ਮੈਂ ਪਹਿਲਾਂ ਜੋਬਨ ਦਾ ਕੰਮ ਸਾਰਾ ਕਰਨਾ ਵਾ, ਇਹ ਬਾਅਦ ਚ। ਭਾਜੀ ਤੁਸੀਂ ਪੈਸਿਆਂ ਦੀ ਫਿਕਰ ਨਾ ਕਰਿਓ, ਕੋਈ ਗੱਲ ਨਹੀਂ, ਜੇ ਪੈਸੇ ਘੱਟ ਬਣਦੇ ਆ ਨਾ ਤੇ ਕੋਈ ਨਹੀਂ, ਅੱਧਿਆਂ ਦਾ ਤੁਸੀਂ ਇੰਤਜ਼ਾਮ ਕਰ ਲਿਓ ਤੇ ਅੱਧਿਆਂ ਦਾ ਅਸੀਂ ਕਰ ਦਾਂਗੇ। ਇਹ ਪੈਸਿਆਂ ਦੀ ਫਿਕਰ ਨਾ ਬਿਲਕੁਲ ਕਰਿਓ, ਤੁਸੀਂ ਬੱਚੇ ਨੂੰ ਸੈੱਟ ਕਰਨ ਦੀ ਕਰੋ। ਅਸੀਂ ਤੇ ਪ੍ਰਭ ਤੁਹਾਡਾ ਪਹਿਲਾਂ ਨਹੀਂ ਦੇਣ ਦੇ ਸਕਦੇ, ਤੇ ਚਲੋ ਫਿਰ ਵੀ ਕਿਤੇ ਲੋੜ ਪਈ ਨਾ ਤੇ ਤੁਹਾਨੂੰ ਜ਼ਰੂਰ ਦੱਸਾਂਗੇ। ਚੱਲ ਕੋਈ ਨਹੀਂ, ਦੱਸ ਦਿਓ। ਤੇ ਜੀਵਨ ਕਿੱਥੇ ਜੀ? ਜੀਵਨ ਅੰਦਰ ਹੀ ਜੀ। ਚਲੋ ਮੈਂ ਉਹਦਾ ਪਤਾ ਲੈ ਲਾਂ, ਫਿਰ ਕਰੋ ਤੁਸੀਂ ਆਪਣਾ ਕੰਮ। ਹਾਂ ਚਲੋ ਠੀਕ ਹੈ।